ਚੀਚੀਆਂ ਮਹਿਕ ਰਹੀਆਂ ਨੇ, ਚੀਚੀ ਕਰ ਰਹੀਆਂ ਨੇ ਪਕਸ਼ੀ। ਇੱਧਰ ਫਾਰਮ ਵੀ ਨੇ ਥੋੜ੍ਹੇ ਥੋੜ੍ਹੇ ਸਬਜ਼ੀਆਂ ਦੇ। ਆਹ ਪਿੱਛੇ ਟਮਾਟਰ ਲਾਇਆ ਹੋਇਆ ਬਾਈ, ਇੱਧਰ ਇੱਥੋਂ ਦੀ ਦਿਖਾ ਦਿਓ। ਟਮਾਟਰ ਲਾਇਆ ਹੋਇਆ ਅਤੇ ਫਰਾਂਸ ਵੀ ਹੁਣ ਤਾਂ ਖੈਰ ਖਤਮ ਹੋਣ ਦੇ ਗੰਢੇ, ਠੰਡ ਆ ਗਈ। ਸਵਾਗਤ ਹੈ ਜੀ ਤੁਹਾਡਾ ਪੰਜਾਬ ਫਾਰਮਰ ਚੈਨਲ 'ਤੇ। ਮੈਂ ਗੋਰਾ ਸਿੰਘ ਗਰੇਵਾਲ, ਪਿੰਡ ਉਗਰਾਂ ਹਾਂ। ਸਾਰੇ ਹੀ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਆਏ ਹੋਏ ਹਾਂ ਜੀ ਹਿਮਾਚਲ, ਮੈਂ ਅਤੇ ਹੈਰੀ ਬਾਈ, ਅਤੇ ਅੱਜ ਤੁਹਾਨੂੰ ਹਿਮਾਚਲ ਦੇ ਫਰੂਟ ਦਿਖਾਵਾਂਗੇ। ਆ ਐਵੋਕਾਡੋ ਦਾ ਬੂਟਾ ਲੱਗਿਆ ਹੋਇਆ ਜੀ, ਅਤੇ ਅੱਗੇ ਤੁਹਾਨੂੰ ਵੱਡੇ ਬੂਟੇ ਦਿਖਾਵਾਂਗੇ। ਆਹ ਨੀਚੋਂ ਦੀ ਨਦੀ ਜਾ ਰਹੀ ਹੈ, ਉਹ ਸਾਰੇ ਫਲਾਂ ਦੇ ਬੂਟੇ ਨੇ ਜਿਹੜੇ ਤੁਸੀਂ ਦੇਖ ਰਹੇ ਹੋ, ਨਾਲ ਉੱਥੇ ਸਬਜ਼ੀਆਂ ਲੱਗ ਰਹੀਆਂ ਨੇ। ਅਤੇ ਬਾਕੀ ਤੁਹਾਨੂੰ ਸਾਰਾ ਅੱਗੇ ਦਿਖਾਵਾਂਗੇ, ਵਧੀਆ ਨਦੀ ਹੈ ਫਲਾਂ ਦੀ। ਹਾਂਜੀ, ਇਹਨਾਂ ਨੇ ਇੱਥੇ ਹਿਮਾਚਲੀ ਵੀਰਾਂ ਨੇ ਇਹ ਬਣਾਈ ਹੋਈ ਹੈ ਇੱਕ ਝੋਪੜੀ ਦੀ ਤਰ੍ਹਾਂ। ਇਹਦੇ ਵਿੱਚ ਇਹ ਆਪਣੇ ਪਸ਼ੂ ਰੱਖਦੇ ਨੇ ਗਾਵਾਂ, ਕਿਉਂਕਿ ਇਹਨੂੰ ਬੰਦ ਹੀ ਰੱਖਦੇ ਨੇ ਦਿਨੇ ਵੀ, ਰਾਤ ਨੂੰ ਵੀ ਥੋੜ੍ਹਾ ਕਣਾਈ ਕੱਢਦੇ ਨੇ ਬਾਹਰ, ਕਿਉਂਕਿ ਇੱਥੇ ਜਾਨਵਰ ਜਿਹੜੇ ਹੈਗੇ ਨੇ ਭਾਲੂ ਵਗੈਰਾ, ਮਤਲਬ ਕਿ ਬਾਘ ਚਿੱਤੇ ਆਉਣ ਦਾ ਡਰ ਰਹਿੰਦਾ ਕਈ ਵਾਰ ਵੀ ਪਸ਼ੂਆਂ ਨੂੰ ਖਾ ਵਗੈਰਾ ਨਾ ਜਾਣ, ਇਸ ਕਰਕੇ ਇਹ ਇਸ ਤਰ੍ਹਾਂ ਦੀਆਂ ਝੋਪੜੀਆਂ ਬਣਾਉਂਦੇ ਨੇ। ਅਤੇ ਬਾਕੀ ਇਹਨਾਂ ਦਾ ਇੱਥੇ ਖੇਤੀ ਸਿਸਟਮ ਬਹੁਤ ਵਧੀਆ। ਹਾਂਜੀ, ਬਹੁਤ ਖਤਰਨਾਕ ਰਸਤਾ ਜੀ, ਬਹੁਤ ਛੋਟੀ ਸੜਕ ਹੈ, ਅਤੇ ਸਾਨੂੰ ਤਾਂ ਭਰਾਵਾ ਹੈਰੀ ਬਾਈ ਨੂੰ ਵੀ, ਮੈਨੂੰ ਵੀ ਡਰ ਲੱਗਣ ਲੱਗ ਗਿਆ। ਰਕੇਸ਼ ਬਾਈ ਨੂੰ ਗੱਡੀ ਫੜਾਈ ਹੈ, ਗੱਡੀ ਚਲਾ ਰਹੇ ਹਾਂ ਜੀ। ਉਹ ਨਹੀਂ ਇੱਧਰ ਨਾ ਲਾ ਬਾਈ, ਇੱਧਰ ਤਾਂ ਬਹੁਤ ਡਰ ਲੱਗ ਰਿਹਾ ਹੈ। ਉਹ ਮੰਦਿਰ ਕੇ ਪਾਸ ਸੇ, ਉਹ ਖੇਤ ਬਾਇਆ ਹੁਆ ਆਪਕਾ ਘਰ, ਉਹ ਆਪਣਾ ਖੇਤ ਹੈ ਸਾਰਾ ਨੀਚੇ ਵਾਲਾ, ਉਹ ਜਹਾਂ ਕੀ ਪਿੱਛੇ ਗਾੜੀ ਖੜੀ ਹੈ, ਮਤਲਬ ਤੇ ਮੈਂ ਵੀ। ਆਪਾਂ ਸਟ੍ਰਾਬਰੀ ਦੇ ਬੂਟੇ, ਹੋਰ ਬੀਜ ਵਗੈਰਾ ਇਹ ਵੀਰਾਂ ਤੋਂ ਲੈਂਦੇ ਆ। ਸਟ੍ਰਾਬਰੀ ਕੇ ਲਈ ਆਪ ਸੰਪਰਕ ਕਰ ਸਕਤੇ ਹੈ, ਆਪਕੋ ਬਹੁਤ ਬਿਹਤਰੀਨ ਸਟ੍ਰਾਬਰੀ ਮਿਲੇਗੀ, ਕਈ ਕਿਸਮੋਂ ਕੀ। ਹਾਂਜੀ, 630 ਵਰਾਇਟੀ ਹੈ, ਕਿਸਮੇ ਹੈ ਸਟ੍ਰਾਬਰੀ ਮੇ, ਲੇਕਿਨ 4-5 ਜੋ ਚੱਲਣ ਵਾਲੀ ਬਹੁਤ ਬੈਸਟ ਟੂ ਬੈਸਟ ਹੈ, ਉਹ ਹਮਾਰੇ ਪਾਸ ਹੈ। ਤਾਂ ਆਪ ਸੰਪਰਕ ਕਰ ਸਕਦੇ ਹੈ, ਮੇਰੇ ਨਾਲ ਸੰਪਰਕ ਕਰ ਸਕਦੇ ਹੈ, ਇਹ ਵੀ ਆਪਣੇ ਕੋਲ ਆਉਣਗੇ, ਪੰਜਾਬ ਗੇੜਾ ਮਾਰਦੇ ਰਹਿੰਦੇ ਨੇ। ਬਿਲਕੁਲ ਬਿਲਕੁਲ। ਤੇ ਤੁਸੀਂ ਜੇ ਕਿਸੇ ਵੀਰ ਨੇ ਸਟ੍ਰਾਬਰੀ ਥੋੜ੍ਹੇ ਤੋਂ ਸ਼ੁਰੂ ਕਰਨੀ ਹੈ, ਤਾਂ ਗਮਲੇ 'ਚ ਵੀ ਲਾਉਣੀ ਹੈ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ, ਪੂਰੀ ਗਰੰਟੀ ਨਾਲ ਤੁਹਾਨੂੰ ਬੂਟੇ ਦੇਵਾਂਗੇ ਅਸੀਂ। ਸਟ੍ਰਾਬਰੀ ਨੰਬਰ ਡਿਸਕ੍ਰਿਪਸ਼ਨ ਮੇ ਮਿਲ ਜਾਏਗਾ। ਹਾਂਜੀ ਹਾਂਜੀ, ਆਏ ਹਾਂ ਜੀ ਹਿਮਾਚਲ, ਅਤੇ ਆਪਣੇ ਭਰਾ ਦੇ ਘਰ, ਆਪਣੇ ਘਰ ਹੈ ਜੀ ਇਹ, ਅਤੇ ਇਹ ਉਚਾਈ ਬਹੁਤ ਜ਼ਿਆਦਾ ਠੰਡ ਹੈ। ਹੁਣ ਦੁਬਾਰਾ ਇੱਕ ਕੋਟ ਹੋਰ ਉੱਤੋਂ ਦੀ ਪਾਵਾਂਗੇ। ਆਹ ਹੈਰੀ ਬਾਈ ਨੂੰ ਦਿਖਾ ਦਈਏ ਤੁਹਾਨੂੰ ਮਾੜਾ ਜਿਹਾ, ਆਹ ਦੇਖੋ ਕੋਟ ਪਾਈ ਫਿਰਦਾ। ਕਿਵੇਂ ਬਾਈ ਜੀ ਸਾਰੇ? 7500 ਫੁੱਟ ਰਕੇਸ਼ ਬਾਈ, 7500 ਫੁੱਟ ਫੀਟ ਉੱਪਰ ਹੈ। ਔਰ ਇਹ ਚਾਏ ਹੈ, ਚਾਏ ਦਿਖਾਈਏ, ਚਾਏ ਬਰਫ ਅਬ ਪੜਨੀ ਸਟਾਰਟ ਹੋ ਜਾਏਗੀ, ਸਟਾਰਟ ਹੋ ਜਾਏਗੀ ਪੜਨੀ ਬਰਫ, ਦਸੰਬਰ ਲਾਸਟ ਮੇ ਬਰਫ ਪੜ ਜਾਏਗੀ। ਔਰ ਇਹ ਹਮ ਚਾਏ ਨਿਕਾਲ ਰਹੇ ਹੈ, ਇਹ ਦੇਖੀਏ ਚਾਏ, ਇਹ ਕੈਮੋਮਾਈਲ ਹੈ। ਇੰਟਰਨੈਟ ਪੇ, ਇੰਟਰਨੈਟ ਪੇ ਜਬ ਸਰਚ ਕਰੇਂਗੇ ਤਾਂ ਆਪਕੋ ਐਸੇ ਐਸੇ ਫੂਲ ਨਜ਼ਰ ਆਏਗੇ ਇੰਟਰਨੈਟ ਪੇ। ਇਹ ਕੈਮੋਮਾਈਲ ਚਾਏ ਹੈ, ਬਹੁਤ ਫੇਮਸ ਹੈ। ਔਰ ਇਹ ਜੋ ਇੱਕ ਮਾਈਗ੍ਰੇਨ ਕਾ ਦਰਦ ਹੋਤਾ ਹੈ, ਕਿਸੇ ਕੋ ਨੀਂਦ ਨਹੀਂ ਆਤੀ ਹੈ, ਤੋ ਅਨਿੰਦਰਾ ਕੇ ਲੀਏ ਇਸ ਸੇ ਨੀਂਦ ਅੱਛੀ ਆਏਗੀ, ਆਦਮੀ ਰਿਲੈਕਸ ਹੋ ਜਾਏਗਾ। ਅਭੀ ਹਮ ਇਸਕੀ ਚਾਏ ਪੀਨੇ ਵਾਲੇ ਹੈਂ। ਆਹ ਤੁਹਾਨੂੰ ਦਿਖਾ ਦਈਏ ਜੀ, ਨੀਚੇ ਪਹਾੜ ਬਹੁਤ ਵੱਡੇ ਵੱਡੇ, ਥੱਲੇ ਇੱਕ ਫੁੱਲਾਂ ਦੀ ਖੇਤੀ ਕਰੀ ਹੋਈ ਆ, ਅਤੇ ਗੋਭੀ ਹੈ ਥੱਲੇ ਲੱਗੀ ਹੋਈ, ਅਤੇ ਆਹ ਦੇਖੋ ਇਹ ਜਿਹੜੇ ਕਿਹੜੇ ਦਰਖਤ ਵੱਜਦੇ ਨੇ ਇਹ, ਜਿਹੜੇ ਜ਼ਿਆਦਾ ਹਾਈਟ ਵਾਲੇ ਹੈ? ਇਹ ਦੇਵਦਾਰ ਕੇ ਪੇੜ ਹੈ। ਅੱਛਾ ਜੀ। ਔਰ ਯਹਾਂ ਪੇ ਠੰਡ ਬਹੁਤ ਜ਼ਿਆਦਾ ਪੜਤੀ ਹੈ, ਸਮੁੰਦਰ ਤਲ ਸੇ 7500 ਫਿਟ ਕੀ ਹਾਈਟ ਹੈ ਇਹ। ਠੀਕ ਹੈ ਜੀ। ਔਰ ਜੋ ਇਹ ਮਕਾਨ ਆਪ ਦੇਖ ਰਹੇ ਪਿੱਛੇ, ਜਬ ਇਸਮੇ ਸੇ ਪਾਣੀ ਟਪਕਤਾ ਹੈ ਜਨਵਰੀ ਮੇ, ਤੋ ਵੋ ਜੈਸੇ ਹੀ ਟਪਕ ਰਹਾ ਹੈ ਵੈਸੇ ਹੀ ਜਮ ਜਾਤਾ ਹੈ, ਨੀਚੇ ਲੜੀਆਂ ਆਤੀ ਹੈ ਸੇ ਜਮੀ ਵੀ। ਅੱਛਾ ਅੱਛਾ, ਲੜੀਆਂ। ਇਤਨਾ ਠੰਡਾ, ਇਤਨਾ ਠੰਡਾ ਹੋਤਾ ਹੈ। ਠੀਕ ਹੈ। ਤੇ ਬਾਕੀ ਬਾਕੀ ਬਣਾਵਾਂਗੇ ਸੁਬਾ ਹੈਰੀ ਬਾਈ ਆ, ਮਤਲਬ ਯਹਾਂ ਪੇ ਬਾਹਰ ਨਹੀਂ ਆ ਸਕਤੇ, ਇੱਕ ਮਹੀਨਾ ਡੇਢ ਮਹੀਨਾ, ਡੇਢ ਮਹੀਨਾ ਲੋਕ ਅੰਦਰ ਰਹਤੇ ਹੈ, ਬਾਹਰ ਨਹੀਂ ਆਤੇ। ਖਾਣੇ ਪੀਣੇ ਕੀ ਪਹਿਲੇ ਚੀਜ਼ੇ ਜੁਟਾ ਲੇਤੇ ਹੈ, ਲੱਕੜੀ ਮੁੱਖੇ ਤੌਰ ਪੇ ਹੋਤਾ ਹੈ, ਲੱਕੜੀ ਔਰ ਪਸ਼ੂ ਕੇ ਲੀਏ ਘਾਸ, ਵੋ ਪਹਿਲੇ ਹੀ ਆਜ ਕੱਲ ਲੋਕ ਇਕੱਠਾ ਕਰ ਰਹੇ ਹੈ। ਠੀਕ ਹੈ ਜੀ, ਠੀਕ। ਔਰ ਲੱਕੜੀ ਜਲਾਤੇ ਰਹਤੇ ਹੈ, ਅੰਦਰ ਰਹਤੇ ਹੈ, ਸਭੀ ਲੋਕੋ ਨੇ ਕੁਛ ਐਸੀ ਕਿਚਨ ਬਣਾਈ ਹੋਤੀ ਹੈ ਜਿਸਮੇ ਚੁੱਲ੍ਹੇ ਹੋਤੇ ਹੈ, ਸਭ ਕੇ ਘਰ ਮੇ ਚੁੱਲ੍ਹੇ ਯਹਾਂ ਬਹੁਤ ਜ਼ਰੂਰੀ ਹੈ, ਨਹੀਂ ਤੋ ਠੰਡ ਸੇ ਆਦਮੀ ਮਰ ਜਾਏਗਾ, ਇਤਨੀ ਠੰਡ ਹੈ। ਅੱਜ ਤਰੀਕ ਦੱਸ ਦਿਓ ਵੀ, ਅੱਜ ਵੀ ਬਹੁਤ ਜ਼ਿਆਦਾ ਠੰਡ ਹੈ, ਅੱਜ ਤਰੀਕ ਦੱਸ ਦਿਓ। ਤਰੀਕ ਹੈ 5 ਨਵੰਬਰ 2022। ਹਾਂਜੀ, ਠੀਕ ਹੈ ਜੀ। ਇਹ ਰਸੋਈ ਹੈ ਜੀ ਹਿਮਾਚਲ ਦੀ ਰਸੋਈ, ਹਿਮਾਚਲ ਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਵੱਡੀਆਂ ਵੱਡੀਆਂ ਰਸੋਈਆਂ ਨੇਗੀਆਂ, ਉੱਧਰ ਦੇਖ ਲਓ ਤੁਸੀਂ ਸਿਲੰਡਰ ਹੈ, ਅਤੇ ਇੱਧਰ ਚੁੱਲ੍ਹਾ ਵੀ ਹੈ, ਚੁੱਲ੍ਹਾ ਚੁੱਲ੍ਹੀ ਕੋਠੀ ਹੈ, ਉਹਦੇ ਵਿੱਚ ਚੁੱਲ੍ਹਾ ਵੀ ਹੈ, ਅਤੇ ਇੱਥੇ ਬੈਠ ਕੇ ਮਹਿਮਾਨਾਂ ਨੂੰ ਇਸ ਤਰ੍ਹਾਂ ਇਹ ਖਾਣਾ ਖਵਾਉਂਦੇ ਨੇ। ਸਵੇਰੇ ਰਕੇਸ਼ ਬਾਈ ਦੇ ਉੱਧਰ ਦੂਜੇ ਨੀਚੇ ਵਾਲੇ ਘਰ ਦੇ ਵਿੱਚ ਅਸੀਂ ਖਾਣਾ ਖਾਧਾ, ਅਤੇ ਸਾਨੂੰ ਬੜੀ ਸੰਗ ਜੀ ਲੱਗੀ ਵੀ ਅਸੀਂ ਰਸੋਈ 'ਚ ਜਾ ਕੇ ਖਾਣਾ ਨਹੀਂ ਖਾਂਦੇ, ਅਸੀਂ ਤਾਂ ਪੰਜਾਬ ਦੇ ਵਿੱਚ ਅਲੱਗ ਖਾਂਦੇ ਹਾਂ। ਅਤੇ ਇਹਨਾਂ ਨੂੰ ਕੋਈ ਸਿੱਧੇ ਬੰਦੇ ਨੇ, ਅਤੇ ਬਹੁਤ ਇਮਾਨਦਾਰ,
ਤੇ ਸਿੱਧੇ ਲੋਕ ਨੇ ਬੜੇ ਬਹੁਤ ਵਧੀਆ ਮਤਲਬ ਕਿ ਇਹਨਾਂ ਦਾ ਜਿਹੜਾ ਹੈਗਾ ਮਿਲ ਵਰਤਨ ਬਹੁਤ ਪ੍ਰੇਮ ਪਿਆਰ ਭਰਿਆ ਹੈ ਤੇ ਆਹ ਵੱਡੇ ਵੀਰ ਜੀ ਆ ਸਾਡੇ ਰਕੇਸ਼ ਜੀ ਦੇ ਬ੍ਰਦਰ ਜੀ ਹਾਂਜੀ ਇਹ ਵੱਡੇ ਭਰਾ ਹੈ ਜੀ ਆਪਣੇ ਰਕੇਸ਼ ਬਾਈ ਦੇ ਵੱਡੇ ਭਰਾ ਅਤੇ ਆਪਣੇ ਵੀ ਵੱਡੇ ਭਰਾ ਨੇ ਅਤੇ ਬੜਾ ਹੀ ਠੰਡ ਹੈ ਇੱਥੇ ਬਹੁਤ ਉੱਚਾਈ ਹੈ ਜੀ ਪਹਿਲਾਂ ਵੀ ਦੱਸ ਕੇ ਹਟੇ ਨੇ ਰਕੇਸ਼ ਬਾਈ ਅਤੇ ਬਾਈ ਜੀ ਠੰਡ ਦੇ ਵਿੱਚ ਫਿਰ ਜਦੋਂ ਬਰਫ਼ ਪੈਂਦੀ ਹੈ ਉਦੋਂ ਹਿੰਦੀ 'ਚ ਬਾਤ ਕਰਾਂ ਕਿ ਪੰਜਾਬੀ ਮੈਂ ਸਮਝ ਲੈਤੇ ਹਾਂ ਜੀ ਤੋ ਜਬ ਠੰਡ ਪੜਤੀ ਹੈ ਯਹਾਂ ਪਰ ਤੋ ਆਪ ਕੈਸੇ ਰਹਤੇ ਹੋ ਯਹਾਂ ਪਰ ਜਬ ਬਰਫ਼ ਪੜਤੀ ਹੈ ਬਰਫ਼ ਮੈਂ ਤੋ ਕਾਮ ਤੋ ਕੋਈ ਹੋਤਾ ਨਹੀਂ ਹੈ ਜੀ ਕਾਮ ਤੋ ਕੋਈ ਹੋਤਾ ਨਹੀਂ ਫਿਰ ਅੰਦਰ ਹੀ ਹੈ अच्छा 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 अंदर ही रहते हो बिल्कुल सारे जितने घर हैं यहाँ पर बस जब बर्फ पिघलेगी तब अच्छा धूप लगेगी फिर ठीक यहाँ सफाई होगी अच्छा बर्फ साफ करेंगे फिर बाहर आने के लिए ये तो लोहे की पड़ी हुई है यहाँ पर चादरें पड़ी हैं हाँ जी इसकी सीलिंग की हुई है ये लोहे की तो हाँ जी अगर आप एक बात बता रहे थे आप तो ये जैसे आपका ये कुत्ता है डॉग है तो क्या कह रहे थे और भी जानवर है यहाँ पर जंगली जानवर बहुत कौन से ये आपका तेंदुआ अच्छा जी और जी आपका वो जो है हिरण अच्छा जी वो भी है आपके कुत्ते किसने उठा लिए पांच कुत्ते उठा लिए तेंदुए ने उठा अच्छा अगर चार पांच कुत्ते हो फिर नहीं उठाएगा नहीं फिर थोड़ा डर जाता है एक कुत्ते को हटा फिर आप दो तीन रखा करो एक दो को तो नहीं बख्शेगा अच्छा दो तीन चार लग रही है भाई जी ठंड बड़ी लग रही है वो काफी ठंड है ना शुरू हो गई एक कोट और डालना पड़ेगा बिल्कुल तो आपके तो यहाँ स्वर्ग है ना हाँ क्या बात है बड़ा मजा आ रहा है यहाँ पर तो गर्मियों के लिए स्वर्ग गर्मी के लिए सियाल में थोड़ा दो तीन महीने वैसे तो नजारा अच्छा होता है अच्छा सफेद चादर बिछती है ना जब बर्फ की हाँ जी बड़ा आनंद आ जाता है तो छोटे वाली बेटी भी पंजाबी को है सोलन में हाँ सरकार को अच्छा मुझे वैसे भी अच्छा लगता है अच्छा पंजाब के लोग अच्छे लगते तो है तो देखो बहुत अच्छे हैं पंजाब के लोग लेकिन बीच कुछ लोग बदनाम करते हैं पंजाबियों को बस ये मिलवर्तन तो हर जगह चलता है इतना मैं तो ये मानता हूँ मैं बहुत लोगों से मिलता रहता हूँ तो हिमाचल और पंजाब के लोग तो नंबर वन है तो खाने में और रिस्पेक्ट करते हैं लोगों की है ना जी तो आपसे भी बहुत मिलके बहुत अच्छा लगा